ਪੰਜਾਬ ਦੇ ਚੀਫ ਇਲੈਕਸ਼ਨ ਕਮਿਸ਼ਨਰ ਲੁਧਿਆਣਾ ਵਿਖੇ ਪਹੁੰਚੇ। ਇਸ ਦੌਰਾਨ ਉਹਨਾਂ ਨੇ ਇੱਕ ਵਰਕਸ਼ਾਪ ਦਾ ਪ੍ਰਬੰਧ ਕੀਤਾ, ਜਿਸ ਵਿੱਚ ਵੋਟਿੰਗ ਦੌਰਾਨ ਈਵੀਐਮ ਅਤੇ ਵੀਵੀਪੈਟ ਮਸ਼ੀਨਾਂ ਸੰਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਗਿਆ। ਇਲੈਕਸ਼ਨ ਕਮਿਸ਼ਨਰ ਨੇ ਦੱਸਿਆ ਕਿ 18-19 ਸਾਲ ਦੀ ਉਮਰ ਦੇ ਲਗਭਗ 2.5 ਲੱਖ ਨਵੇਂ ਵੋਟਰ ਪੰਜਾਬ ਵਿੱਚ ਹੋਰ ਜੁੜੇ ਹਨ। ਉਹਨਾਂ ਕਿਹਾ ਕਿ ਲੋਕ ਸਭਾ ਚੋਣਾਂ ਲਈ ਚੋਣ ਕਮਿਸ਼ਨ ਪੂਰੀ ਤਰ੍ਹਾਂ ਤਿਆਰ ਹੈ ਅਤੇ ਪੰਜਾਬ ਚੋਣ ਕਮਿਸ਼ਨ ਨੇ ਤਿਆਰੀਆਂ ਪੂਰੀਆਂ ਮੁਕੰਮਲ ਕਰ ਲਈਆਂ ਨੇ। ਚੋਣ ਕਮਿਸ਼ਨਰ ਨੇ ਦੱਸਿਆ ਕਿ ਲੋਕ ਸਭਾ ਚੋਣਾਂ ਦੇ ਦੌਰਾਨ 100% ਬੂਥਾਂ ਤੇ ਵੀਵੀਪੈਟ ਮਸ਼ੀਨਾਂ ਲਾਈਆਂ ਜਾਣਗੀਆਂ। ਅੱਜ ਲੁਧਿਆਣਾ ਦੇ ਵਿੱਚ ਲੋਕ ਸਭਾ 2019 ਚੋਣ ਵਾਸਤੇ ਤਿਆਰੀਆਂ ਦੇਖਣਾ, ਨਾਲ ਹੀ ਨਾਲ ਇੱਥੇ ਇੰਡਸਟਰੀ ਹੈ ਔਰ ਲੇਬਰ ਯੂਨੀਅਨਸ ਹੈ ਔਰ ਟਰਾਂਸਜੈਂਡਰਸ ਦੇ ਯੂਨੀਅਨਸ ਹੈ ਔਰ ਹਮਾਰਾ NRA ਸਭਾ ਹੈ। ਇਨ ਲੋਕਾਂ ਦੇ ਨਾਲ ਮੀਟਿੰਗ ਕਰਨ ਵਾਸਤੇ ਅੱਜ ਮੈਂ ਇੱਥੇ ਆਇਆ ਸੀ ਔਰ ਲੋਕਾਂ ਨਾਲ 2 ਘੰਟੇ ਇੱਕ ਵਰਕਸ਼ਾਪ ਵੀ ਕੀਤਾ। ਇਹਦੇ ਵਰਕਸ਼ਾਪ ਦੇ ਵਿੱਚ ਇਲੈਕਸ਼ਨ ਸੰਬੰਧੀ ਜਾਣਕਾਰੀ ਦਿੱਤਾ ਸੀ ਔਰ ਆਪਣਾ ਤਿਆਰੀਆਂ ਦੇ ਬਾਰੇ ਮੈਂ EVM VVPAT ਦੇ ਬਾਰੇ ਮੈਂ ਇਹ ਬਹੁਤ ਮੁਕੰਮਲ ਤਰੀਕੇ ਨਾਲ ਅੱਜ ਮੈਂ ਇੱਕ ਵਰਕਸ਼ਾਪ ਕੀਤਾ ਥਾ। ਇਸਕਾ ਮਕਸਦ ਇਹ ਹੈ ਲੋਕਾਂ ਨੂੰ ਸਾਡੇ ISA ਵੱਲੋਂ ਜਿੰਨਾ ਵੀ ਵਿਵਸਥਾ ਕਰੀ ਜਾ ਰਹੇ ਉਸਦੇ ਬਾਰੇ ਮੈਂ ਪੂਰਾ ਜਾਣਕਾਰੀ ਦੇਣੀ ਹੈ ਸਭ ਤੋਂ ਪਹਿਲਾਂ। ਔਰ ਦੂਜਾ ਹੈ, ਅਭੀ ਵੀ ਅਗਰ ਕੋਈ ਬੰਦਾ ਵੋਟਰ ਬਣਨ ਤੋਂ ਵਾਂਝਾ ਰਹਿ ਗਿਆ ਹੈ ਉਹਨਾਂ ਨੂੰ ਅਸੀਂ ਇਲੈਕਸ਼ਨ ਦੇ ਕੋਰਟ ਦੇ ਵਿੱਚ ਲੈ ਕੇ ਆਉਣਾ ਹੈ। ਔਰ ਤੀਸਰਾ ਹੈ, ਲੋਕਾਂ ਨੂੰ ਇਹ ਮੈਸੇਜ ਦੇਣਾ ਹੈ ਇਲੈਕਸ਼ਨ ਕਮਿਸ਼ਨ ਵੱਲੋਂ ਪੂਰਾ ਤਿਆਰੀਆਂ ਕਰ ਚੁੱਕੀ ਹੈ, ਤੁਸੀਂ ਆਓ ਆਪਣਾ ਵੋਟ ਪਾਉਣ ਵਾਸਤੇ ਤਿਆਰ ਹੋ ਜਾਓ। ਸਾਡਾ IT ਐਪਲੀਕੇਸ਼ਨਸ ਵੀ ਇਲੈਕਸ਼ਨ ਕਮਿਸ਼ਨ ਵੱਲੋਂ ਦਿੱਤੀ ਗਈ ਹੈ, ਉਹਨਾਂ ਨੂੰ ਯੂਜ਼ ਕਰੋ। ਇੱਕ ਏਥੀਕਲ ਵੋਟਿੰਗ ਦੇ ਬਾਰੇ ਮੈਂ ਲੋਕਾਂ ਨੂੰ ਦੱਸੋ, ਸਾਫ਼ ਸੁਥਰਾ ਨਿਊਟਰਲ ਪੀਸਫੁਲ ਇਲੈਕਸ਼ਨ ਕਰਾਉਣ ਵਾਸਤੇ ਜਿੰਨਾ ਵੀ ਉਪਰਾਲਾ ਕਰਨਾ ਚਾਹੀਦਾ ਸਾਰੀਆਂ ਉਪਰਾਲਾ ਕਰਨਾ ਚਾਹੀਦਾ, ਅਸੀਂ ਕਰ ਚੁੱਕੇ ਹਾਂ। ਇਹ ਇਨਫੋਰਮੇਸ਼ਨ ਲੋਕਾਂ ਨੂੰ ਦੇਣਾ ਅੱਜ ਦਾ ਮੁੱਖ ਮੰਤਵ ਇਹ ਸੀ। ਨਵੇਂ ਵੋਟਰ ਕਿੰਨੇ ਜੁੜੇ ਨੇ? ਨਵੇਂ ਵੋਟਰ ਸਾਨੂੰ ਯੰਗ ਵੋਟਰ ਜੁੜ ਗਏ ਹੈ ਸਾਡੇ ਕੋਲ 2.5 ਲੱਖ। 2.5 ਲੱਖ ਜੋ 18-19 ਏਜ ਗਰੁੱਪ ਜੋ ਜਿਹੜੇ ਵੀ ਹੁੰਦਾ ਹੈ ਯੂਥ ਵੋਟਰ ਬੋਲਦੇ ਹਾਂ ਅਸੀਂ, ਉਹ 2.5 ਲੱਖ ਹੈ। ਲੇਕਿਨ ਹਾਲੇ ਵੀ ਕਾਫੀ ਗੈਪ ਹੈ, ਲੇਕਿਨ ਇਸ ਵਾਰ ਕਾਫੀ ਅੱਛਾ ਨੰਬਰ ਦੇ ਵਿੱਚ ਅਸੀਂ ਇਨਰੋਲਮੈਂਟ ਕਰ ਚੁੱਕੇ ਹਾਂ। ਪੰਜਾਬ ਦੇ ਮੁੱਖ ਚੋਣ ਅਫਸਰ ਐਸ ਕਰੁਣਾ ਰਾਜੂ ਨੇ ਦੱਸਿਆ ਕਿ EVM ਵੋਟਾਂ ਦੀ ਪ੍ਰਕਿਰਿਆ ਲਈ ਪੂਰੀ ਤਰ੍ਹਾਂ ਸੁਰੱਖਿਅਤ ਹੈ। ਉਹਨਾਂ ਕਿਹਾ ਕਿ ਇਸ ਨੂੰ ਕਿਸੇ ਵੀ ਢੰਗ ਦੇ ਨਾਲ ਹੈਕ ਨਹੀਂ ਕੀਤਾ ਜਾ ਸਕਦਾ। ਉਹਨਾਂ ਦੱਸਿਆ ਕਿ EVM ਮਸ਼ੀਨਾਂ ਕਈ ਸੁਰੱਖਿਆ ਦੇ ਪੜਾਅ ਤੋਂ ਲੰਘਦੀਆਂ ਨੇ। ਵੋਟਰ ਮਸ਼ੀਨ ਨੂੰ ਕੋਈ ਛੇੜਕਾਨੀ ਨਹੀਂ ਕਰ ਸਕਦਾ, ਕਾਰਨ ਇਹ ਹੈ ਉਸਦਾ ਟੈਕਨੋਲੋਜੀ ਇੱਕ ਅਲੱਗੀ ਤਰੀਕਾ ਟੈਕਨੋਲੋਜੀ, ਉਸਦੇ ਵਿੱਚ ਕੋਈ ਪੁੱਛਣਾ ਕੋਈ ਸੰਭਵ ਨਹੀਂ ਹੈ ਇੱਕ। ਔਰ ਦੂਜਾ ਫਿਜ਼ੀਕਲ ਹੈ, ਫਿਜ਼ੀਕਲੀ EVM ਜਿਹਦੇ ਕੋਲ ਹੁੰਦਾ ਹੈ ਉਹ DC ਦਾ ਮਾਲਿਕ ਹੈ, ਆਪਣਾ ਜ਼ਿਲ੍ਹੇ ਦੀ ਮਾਲਿਕ DC ਦੇ ਕੋਲ ਹੁੰਦਾ ਹੈ। DC ਉਹਨਾਂ ਦਾ 24 ਘੰਟੇ ਸੁਰੱਖਿਆ ਆਪਣੇ ਕੋਲ ਰੱਖਦੇ ਹੈ, ਉਹਨਾਂ ਨੂੰ ਕੋਈ ਐਂਟਰੀ ਟੱਚ ਨਹੀਂ ਕਰ ਸਕਦਾ। ਔਰ ਟੈਕਨੋਲੋਜੀ ਵਾਈਜ਼ ਇਹ ਇੱਕ ਸਟੈਂਡ ਅਲੋਨ ਮਸ਼ੀਨ ਹੈ, ਇਹਦੇ ਵਿੱਚ ਨਾ ਇੱਕ ਟਰਾਂਸਮਿਟਰ ਹੈ, ਨਾ ਇਸਮੇ ਰਿਸੀਵਰ ਹੈ, ਨਾ ਇਸਮੇ ਵਾਇਰਲੈਸ ਟੈਕਨੋਲੋਜੀ ਹੈ। ਇਹ ਸਿਰਫ ਇੱਕ ਕੈਲਕੂਲੇਟਰ ਨੁਮਾ ਇੱਕ ਛੋਟਾ ਸਾ ਮਸ਼ੀਨ ਹੈ, ਇਹਦੇ ਵਿੱਚ ਇੱਕ ਪ੍ਰਿੰਟਰ ਵੱਖਰੀ ਤੌਰ 'ਤੇ ਲਗਾਇਆ ਗਿਆ ਹੈ, ਉਸਨੂੰ ਅਸੀਂ VVPAT ਕਹਿੰਦੇ ਹਾਂ, ਵੋਟਰ ਵੈਰੀਫਾਈਬਲ ਪੇਪਰ ਆਡਿਟ ਟ੍ਰੇਲ, ਜੋ ਅਸੀਂ ਇੱਕ ਸਲਿਪ ਨਿਕਲਦੇ ਹਾਂ। ਇਹ ਹੈ ਇੱਕ ਨਵਾਂ ਮਸ਼ੀਨ ਹੈ, ਇਸ ਚੁਣਾਵ ਦੇ ਵਿੱਚ ਲਗਾਈ ਗਈ। ਹਾਂਜੀ ਸਰ, 100% ਬੂਥਾਂ ਦੇ ਵਿੱਚ VVPAT ਲੱਗਣਾ ਹੈ EVM ਦੇ ਨਾਲ ਨਾਲ। ਸਾਡੇ ਕੋਲ ਪੰਜਾਬ ਦੇ ਵਿੱਚ 23,213 ਬੂਥ ਨੇ ਅੱਜ ਦੀ ਮਿਤੀ 'ਤੇ। ਜਿਵੇਂ ਅਸੀਂ ਚੁਣਾਵ ਦੇ ਨੇੜੇ ਨੇੜੇ ਪਹੁੰਚ ਜਾਣਗੇ ਹੋ ਸਕਦਾ ਕੁਛ ਵੱਧ ਸਕਦੇ ਹੈ। ਇੱਕ ਮਿੰਟ ਇਸਨੂੰ ਕੰਪਲੀਟ ਕਰਨੇ ਤੋਂ ਮੁਝੇ, ਇਹ ਸਾਰੀਆਂ ਬੂਥਾਂ ਵਾਸਤੇ ਅਸੀਂ EVM ਨਾਲ ਨਾਲ VVPAT ਮਸ਼ੀਨ ਲਗਾਵਾਂਗੇ।
ਵੋਟਿੰਗ ਦੌਰਾਨ ਮਸ਼ੀਨਾਂ 'ਚ ਖਰਾਬੀ ਆਉਣ ਸੰਬੰਧੀ ਵੀ ਉਹਨਾਂ ਕਿਹਾ ਕਿ ਈਵੀਐਮ 'ਚ ਕਦੇ ਵੀ ਕੋਈ ਖਰਾਬੀ ਨਹੀਂ ਆਉਂਦੀ, ਉਸ ਨੂੰ ਇੰਸਟਾਲ ਸਹੀ ਤਰੀਕੇ ਨਾਲ ਕਰਨਾ ਚਾਹੀਦਾ ਹੈ। ਇੱਕ ਮਿੰਟ ਟ੍ਰੇਨਿੰਗ ਔਰ ਦੂਸਰਾ ਹੈ ਉਹ ਬੰਦਾ ਸਮਝਣ ਦੀ ਵੀ ਲੋੜ ਹੈ। ਦੋ ਤਰੀਕਾ ਹੈ ਜੋ ਟ੍ਰੇਨਿੰਗ ਲਈ ਅਸੀਂ ਕਾਫੀ ਜ਼ੋਰ ਦਿੰਦੇ ਇਸ ਵਾਰ, ਇਸ ਮਸ਼ੀਨ ਮੇਂ ਜੋ ਵੀ ਤਾਰੇ ਲੱਗਣਾ ਹੈ, ਸਵਿਚ ਹੈ, ਇਹ ਸਾਰੇ ਨੂੰ ਸਮਝਣ ਦੀ ਲੋੜ ਹੈ। ਛੋਟੇ ਛੋਟੇ ਮੈਕੈਨੀਕਲ ਮਿਸਟੇਕਸ ਹੈ, ਉਸ ਤੋਂ ਫਾਈਨਲੀ ਈਵੀਐਮ ਦੇ ਉੱਤੇ ਅਸੀਂ ਪ੍ਰੈਸ਼ਨ ਚਿੰਨ ਲਗਾਤੇ, ਇਸ ਤਰੀਕੇ ਨਹੀਂ ਕਰਨਾ ਚਾਹੀਦਾ। ਟਾਰਗੇਟ ਨਹੀਂ ਹੈ, ਇਹ ਕੋਈ ਜਾਣ ਬੁੱਝ ਕੇ ਨਹੀਂ ਕਰਦਾ, ਖਬਰ ਠੀਕ ਹੈ, ਇਸ ਤਰੀਕੇ ਸਟੇਟਮੈਂਟ ਦਿੱਤਾ ਗਿਆ। 100% ਸੇਫ, ਮੈਂ ਤੁਹਾਨੂੰ ਯਕੀਨੀ ਦਿਵਾਵਾਂਗਾ ਇਸ ਮਸ਼ੀਨ ਨੂੰ ਕੋਈ ਛੇੜਕਾਨੀ ਨਹੀਂ ਕਰ ਸਕਦੇ। 100% ਹਮਾਰੇ ਈਵੀਐਮ ਮਸ਼ੀਨ ਸੇ ਦੁਨੀਆ ਮੇਂ ਮਾਨਾ ਹੁਆ ਟੈਕਨੋਲੋਜੀ ਹੈ, ਇਹਦੇ ਵਿੱਚ ਨਾ ਹੈਕਿੰਗ ਕੀ ਸੰਭਵ ਹੈ, ਨਾ ਛੇੜਕਾਨੀ ਕੀ ਸੰਭਵ ਹੈ। ਬਿਊਰੋ ਰਿਪੋਰਟ, ਲੁਧਿਆਣਾ ਵਿਊ।